ਟੋਕੀਓ 올림픽 ਚੁ 6ਵੀਂ ਨੰਬਰ ਤੇ ਰਹੀ ਕਮਲਪ੍ਰੀਤ ਕੋਰ ਡੋਪ ਟੈਸਟ ਜੋ ਫੇਲ ਹੋ ਗਈ ਹੈ ਜਿਸ ਬਾਅਦ ਕੋਮਾਂਤਰੀ ਐਂਟੀ ਡੋਪਿੰਗ ਏਜੰਸੀ ਨੇ ਕਮਲਪ੍ਰੀਤ ਨੂੰ ਸਸਪੈਂਡ ਕਰ ਦਿੱਤਾ ਹੈ ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ ਸਟੈਨੋਜ਼ੋਲੋਲ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਇਸ ਦਵਾਈ ਨੂੰ ਇੰਟਰਨੈਸ਼ਨਲ 올림픽 ਕਮੇਟੀ ਨੇ ਬੈਨ ਕੀਤਾ ਹੋਇਆ ਮੁਕਸਰ ਦੀ ਰਹਿਣ ਵਾਲੀ ਕਮਲਪ੍ਰੀਤ ਕੋਰ ਟੋਕੀਓ 올림픽 ਦੌਰਾਨ ਸੁਰਖੀਆਂ ਚਾਈ ਸੀ ਬੇਸ਼ਕੋ ਮੈਡਲ ਜਿੱਤਣ ਤੋਂ ਖੁੰਝ ਗਈ ਪਰ ਆਪਣੇ ਪ੍ਰਦਰਸ਼ਨ ਕਾਰਨ ਉਸਨੇ ਕਾਫੀ ਨਾਮਣਾ ਖਟਿਆ ਸੀ ਬਰ ਹੁਣ ਡੂਬ ਟੈਸਟ ਜੋ ਫੀਲ ਹੋਣ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ